BSNL ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਟੈਲੀਫੋਨ ਐਕਸਚੇਂਜ ਦੇ ਸਾਹਮਣੇ ਇੱਕ ਰੋਜ਼ਾ ਹੜਤਾਲ ਕਰਕੇ ਵਿਭਾਗ ਦੇ GM ਤੇ ਰਿਸ਼ਵਤਖੋਰੀ ਦੇ ਗੰਭੀਰ ਦੋਸ਼ ਲਗਾਏ ਨੇ ਜਦਕਿ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਹੜਤਾਲ ਨੂੰ ਗਲਤ ਦੱਸਿਆ। ਇਸ ਮੌਕੇ ਹੜਤਾਲ ਕਰ ਰਹੇ ਕਰਮਚਾਰੀਆਂ ਦਾ ਕਹਿਣਾ ਹੈ ਕਿ GM ਦੀ ਰਿਸ਼ਵਤਖੋਰੀ ਦੇ ਚੱਲਦੇ ਸਾਰੇ ਮੁਲਾਜ਼ਮ ਪਰੇਸ਼ਾਨ ਨੇ। ਵਿਭਾਗ ਦੇ ਪੀੜਤਾਂ ਨੇ ਦੱਸਿਆ ਕਿ GM ਉਹਨਾਂ ਨੂੰ ਨਾਜਾਇਜ਼ ਤੌਰ ਤੇ ਤੰਗ ਪਰੇਸ਼ਾਨ ਕਰ ਰਿਹਾ ਹੈ ਅਤੇ ਰਿਸ਼ਵਤ ਦੀ ਮੰਗ ਕਰਦਾ ਹੈ। ਪ੍ਰੋਬਲਮ ਇਹ ਹੈ ਜੀ, ਸਾਡਾ ਜਿਹੜਾ GM ਹੈ ਇੱਥੇ RP ਤ੍ਰਿਪਾਠੀ, ਉਹ ਮਹਾ ਰਿਸ਼ਵਤਖੋਰ ਹੈ ਤੇ ਹਰ ਇੱਕ ਬਦਲੀ ਦਾ ਮਾਲਕ ਉਹਨੇ ਰੇਟ ਬੰਨ ਰੱਖੇ ਹੈ। ਜਿਵੇਂ ਲੈਨਮੈਨ ਦਾ 5,000, JE ਦਾ 10,000, SDO ਦਾ 15,000, DT ਦਾ 20,000। ਉਸਨੇ ਹੁਣ ਪਿਛਲੇ ਹਫ਼ਤੇ ਸਾਡੇ RP ਬਿੰਦਲ ਜੀ DT ਮਲੇਰਕੋਟਲੇ ਤੋਂ ਬਦਲ ਕੇ ਸੰਗਰੂਰ ਲਗਾ ਤੇ। ਐਕਸੀਅਨ ਜਿਹਨਾਂ ਨੂੰ ਡਿਵੀਜ਼ਨ ਇੰਜੀਨੀਅਰ ਟੈਲੀਕਾਮ, ਉਹਨਾਂ ਨੂੰ ਬਦਲ ਕੇ ਮਲੇਰਕੋਟਲੇ ਤੋਂ ਸੰਗਰੂਰ ਲਗਾ ਦਿੱਤਾ। ਇਹਨਾਂ ਦੀ ਬੇਟੀ ਹੈ ਜਿਹੜੀ ਮਾਨਸਿਕ ਤੌਰ ਤੇ ਪੀੜਤ ਹੈ, ਮੈਂਟਲੀ ਰਿਟਾਰਡਡ ਹੈ, ਜਿਹਦੇ ਕਿ ਉੱਪਰੋਂ ਕਾਰਪੋਰੇਟ ਦਫ਼ਤਰ ਚੋਂ ਤੇ ਸੈਂਟਰ ਗੌਰਮੈਂਟ ਮੁਤਾਬਕ ਉਹਨਾਂ ਦੀ ਬਦਲੀ ਕਿਸੇ ਵੀ ਹਾਲਤ ਚ ਕੋਈ ਕਰ ਨਹੀਂ ਸਕਦਾ ਹੈਗਾ। ਉਹ ਹੁਣ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰਦਾ ਤੇ ਜਿਹੜੇ ਬੰਦੇ ਨੂੰ ਲਾਇਆ ਉਸ ਤੋਂ 20,000 ਰੁਪਇਆ ਲੈ ਲਿਆ। ਜਿਹੜਾ ਇਹਨਾਂ ਦੀ ਜਗ੍ਹਾ ਲਾਇਆ ਉਸਦੀ ਜਗ੍ਹਾ ਮੁਹੰਮਦ ਜਮੀਲ ਨੂੰ ਲਗਾ ਦਿੱਤਾ ਹੈਗਾ ਅਤੇ ਉਹ ਤੋਂ 20,000 ਰੁਪਏ ਦੀ ਮੰਗ ਕਰਦਾ ਤੇ ਦੋ ਬੰਦੇ ਰਿਵਰਟ ਕਰਤੇ। ਇੱਕ ਸਾਡੇ DT ਤੋਂ ਮੈਡਮ ਨੇ ਚੇਤਨਾ ਜਿਹਾ ਰਿਵਰਟ ਕਰਕੇ SDO ਬਣਾ ਤੇ, ਇੱਕ ਸਾਡੇ ਅਸ਼ੋਕ ਜੀ ਨੇ ਉਹ SDO ਤੋਂ JTO ਬਣਾ ਤੇ। 20 ਬਦਲੀਆਂ ਕਰ ਦਿੱਤੀਆਂ ਇਹਨਾਂ ਨੇ। ਪੈਸੇ ਲੈ ਤੋਂ ਬਿਨਾਂ ਕੋਈ ਵੀ ਬਦਲ ਨਹੀਂ ਕਰਦਾ। ਇਹਦਾ ਰੇਂਜ ਇਹੀ ਹੈ 5,000 ਤੋਂ ਲੈ ਕੇ 20-25, ਜਿੰਨੇ ਮਰਜ਼ੀ ਦੇ ਦਿਓ 5,000 ਤੋਂ ਲੈ ਕੇ ਉੱਪਰ। ਸਭ ਨੋਰਮਲ ਹੈਗੀ ਸਰ ਮੈਂਟਲੀ, ਤੇ ਉਹਦੀ ਮੈਨੂੰ ਦੇਖ ਰੇਖ ਲਈ 24 ਘੰਟੇ ਤਕਰੀਬਨ ਕਿਸੇ ਵੇਲੇ ਵੀ ਜਾਣਾ ਪੈ ਸਕਦਾ ਹੈਗਾ ਘਰ, ਤੇ ਇਸੇ ਕਰਕੇ ਕਾਰਪੋਰੇਟ ਆਫਿਸ ਨੇ ਵੀ ਲੈਟਰ ਕੱਢਿਆ ਹੋਇਆ ਹੈਗਾ ਵੀ ਬਿਨਾਂ ਕਿਸੇ ਕਾਰਨ ਤੋਂ ਇਹਨਾਂ ਨੂੰ ਨਾ ਕੀਤਾ ਜਾਵੇ, ਪਰ ਇਹਨਾਂ SGM ਸਾਹਿਬ ਨੇ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕੀਤੀ ਹੈ। ਮੇਰਾ ਕੋਈ ਕਸੂਰ ਨਹੀਂ ਹੈਗਾ, ਮੇਰੇ ਅਗੇਂਸਟ ਕੋਈ ਕੰਪਲੇਂਟ ਨਹੀਂ ਹੈਗੀ। ਇਸ ਗੱਲ ਦੇ ਬਾਵਜੂਦ ਵੀ ਮੇਰੀ ਨਜਾਇਜ਼ ਤੌਰ ਤੇ ਬਦਲੀ ਕਰ ਦਿੱਤੀ ਗਈ। ਬੇਵਜ੍ਹਾ ਬਣਾ ਕਾਰਨ DT ਬਰਨਾਲੇ ਦੇ ਕਹਿਣ ਤੇ ਮੇਰੀ ਬਦਲੀ ਕੀਤੀ ਗਈ। ਮੈਂ ਤੋਂ 20,000 ਰੁਪਏ ਦੀ ਡਿਮਾਂਡ ਕੀਤੀ ਗਈ। ਕਿਹਨੇ ਕਰੀ ਡਿਮਾਂਡ? ਡਿਮਾਂਡ DT ਸਾਹਿਬ, GM ਸਾਹਿਬ ਨੇ ਜੀ, RP ਤ੍ਰਿਪਾਠੀ ਜੀ, ਉਹਨਾਂ ਨੇ ਮੇਰੀ ਕੀਤੀ ਗਈ, ਪਰ ਉਹ 20,000 ਰੁਪਇਆ ਉਹਨਾਂ ਨੂੰ ਪੇ ਨਹੀਂ ਹੋਇਆ, ਮੇਰੀ ਬਦਲੀ ਰੁਕੀ ਨਹੀਂ ਹੈ। ਨਹੀਂ, ਕਰਪਸ਼ਨ ਕੇ ਅਲੀਗੇਸ਼ਨ ਬਿਲਕੁਲ ਫਾਲਸ ਹੈ। ਐਕਚੁਅਲੀ ਕਿਆ ਹੈ ਕਿ ਕੁਛ ਟ੍ਰਾਂਸਫਰ ਆਰਡਰ ਐਡਮਿਨਿਸਟ੍ਰੇਟਿਵ ਰੀਜ਼ਨ ਸੇ ਕੀਏ ਗਏ ਹੈ, ਉਸਕੇ ਅਗੇਂਸਟ ਮੇਂ ਯੇ ਲੋਗ ਵਹਾਂ ਬਾਹਰ ਬੈਠੇ ਹੋਏ ਹੈ। ਜੋ ਲੋਗ ਨਾਨ ਪਰਫਾਰਮਰ ਥੇ ਉਨਕੋ ਸ਼ਿਫਟ ਕੀਆ ਗਿਆ ਹੈ, ਔਰ ਜੋ ਨਹੀਂ ਕਾਮ ਕਰ ਰਹੇ ਥੇ ਉਨਕੋ ਡ੍ਰੌਪ ਕੀਆ ਗਿਆ। ਜੀ, ਪਿਓਰਲੀ ਐਡਮਿਨਿਸਟ੍ਰੇਟਿਵ ਰੀਜ਼ਨ ਹੈ, ਇਸਕੇ ਇਲਾਵਾ ਔਰ ਕੋਈ ਰੀਜ਼ਨ ਨਹੀਂ ਹੈ। ਤੋ ਜੋ ਸਟ੍ਰਾਈਕ ਕਰ ਰਹੇ ਹੈ ਯੇ ਗਲਤ ਕਰ ਰਹੇ ਹੈ। ਸੰਗਰੂਰ ਤੋਂ ਜਗਤਾਰ ਬਾਬਾ ਦੀ ਰਿਪੋਰਟ, ਪਰੇਦਾ TV।